छुपा लें कुछ और कह रहा है कोई नी पहचान सकता। एक ते पतला कुड़िया वांगू है ते उतो लंबे बाल रखे हुए आ। मुर्गी दे पंजे ने? अच्छा सॉरी नौ ने। मुर्गी दे पंजे लाग रहे सी। अच्छा मेरे ये दस चौंधा किया कुछ नहीं और ਤੁਸੀਂ ਸਾਹ ਅੱਛਾ ਇਹ ਤੁਹਾਡੇ ਦੋਸਤ ਨੇ ਇਹ ਮੇਰੇ ਦੋਸਤ ਨੇ ਉਮੈਰ ਸਾਹਿਬ ਸ਼ੇਖੂਪੁਰਾ ਤੋਂ ਮੈਨੂੰ ਮਿਲਣਾ ਹੈ ਇਹ ਟਿਕਟੋਕ ਸਟਾਰ ਨੇ ਮੇਰੇ ਭਰਾ ਤੇ ਬੜੇ ਅੱਛੇ ਦੋਸਤ ਨੇ ਮਾਸ਼ਾਅੱਲਾ ਮੇਰੇ ਤੁਹਾਨੂੰ ਵੀ ਚਾਹ ਚੜ ਗਿਆ ਹਾਂਜੀ ਇਹਦੇ ਲਈ ਵੇਖ ਕੇ ਚੜਿਆ ਪਹਿਲਾਂ ਨਹੀਂ ਸੀ ਆ ਨਹੀਂ ਐਸਾ ਕੀ ਮਤਲਬ ਖਾਸ ਜਮਾ ਚੰਗਾ ਨਹੀਂ ਲੱਗਦਾ ਓ ਮਾਈ ਗੋਡ ਦੇਖੋ ਤੁਸੀਂ ਜਮਾ ਚੰਗਾ ਨਹੀਂ ਤੈਨੂੰ ਕਹਿ ਰਹੀ ਪਹਿਲਾਂ ਮੇਰੇ ਇੰਨੇ ਵਾਲ ਹੁੰਦੇ ਸਨ ਜਦੋਂ ਮੈਂ ਇਹਦੇ ਵੇਖਿਆ ਮੇਰਾ ਵੀ ਜਿਹੜਾ ਕੰਫੀਡੈਂਸ ਅਪ ਹੋਇਆ ਕਿ ਮੈਂ ਵੀ ਇਹਦੇ ਵਰਗਾ ਬਣ ਸਕਦਾ ਮੈਂ ਸਰੀਏ ਤੇ ਵੇਗ ਰੱਖੀ ਆ ਦੇਖੋ ਜਰਾ ਜਮਾ ਚੰਗਾ ਨਹੀਂ ਇਹ ਵੀ ਪਹਿਲਾਂ ਮੇਰੇ ਵਾਂਗ ਮੋਟਾ ਹੁੰਦਾ ਸੀ ਤੇ ਜਦੋਂ ਵਾਲ ਰੱਖੇ ਨਾ ਸਾਰਾ ਜਨਾਬ ਦੀ ਸੇਹ ਜਿਹੜੀ ਨਾ ਵਾਲ ਖਿੱਚ ਕੇ ਲੈ ਗਏ ਨੇ ਅੱਛਾ ਤੇ ਤੁਸੀਂ ਸਮਾਰਟ ਹੋਣ ਵਾਸਤੇ ਲੰਬੇ ਬਾਲ ਰੱਖ ਰਹੇ ਹੋ ਇਹ ਸਟਾਈਲ ਵਾਸਤੇ ਮੇਰਾ ਨਾ ਜੋ ਪੇਟ ਨਾ ਜ਼ਿਆਦਾ ਬੜਾ ਇਸ ਲਈ ਮੈਂ ਕਿਹਾ ਵਾਲ ਲੰਬੇ ਰੱਖੂ ਮੈਂ ਵੀ ਸ਼ਾਇਦ ਮੈਂ ਵੀ ਸਮਾਰਟ ਹੋ ਸਕੂ ਜਿਮ ਜਾਣ ਦੀ ਜ਼ਰੂਰਤ ਨਾ ਪੜੇ ਕੀ ਹੋ ਗਿਆ ਤੁਹਾਡਾ ਨਹੀਂ ਵਿਆਹ ਨਹੀਂ ਹੋਇਆ ਹਲੇ ਨਹੀਂ ਜਦੋਂ ਬੰਦਾ ਅੜਦਾ ਵਾਣਾ ਤੇ ਉਦੋਂ ਫਿਰ ਲੱਗਦਾ ਕੋਈ ਅੜੀ ਹੈ ਵਾ ਸਹੀ ਜਾ ਘੜੇ ਘੜੀ ਹਲੇ ਹੋਇਆ ਅੜੀ ਵਿਆਹ ਨਹੀਂ ਕਰਾਣਾ ਲਵ ਮੈਰਿਜ ਯਾ ਅਰੇਂਜ ਜਿਹੜੀ ਵੀ ਲੱਭ ਕੇ ਠੀਕ ਹੈ ਚੱਲੂਗੀ ਜੇ ਅਗਰ ਉਹਨਾਂ ਨੇ ਕਿਹਾ ਕਿ ਵਾਲ ਕਟਾਓ ਛੋਟੇ ਕਰਾਓ ਉਹਨਾਂ ਨੂੰ ਅਸੀਂ ਕਹਾਂਗੇ ਤੁਸੀਂ ਰੱਖ ਲਓ ਅਸੀਂ ਆਪਣੀ ਕਜ਼ਨ ਨਾਲ ਕਰਾ ਲੈਨੇ ਆ ਕਰਾਣਾ ਹੀ ਕਜ਼ਨ ਨਾਲ ਆ ਤੇ ਪਹਿਲੇ ਕਰਾ ਲਓ ਅੱਛਾ ਜੀ ਤੇਰੇ ਨਾਲ ਇੰਜ ਹੋ ਗਿਆ ਫੇਰ ਕੀ ਕਰੇਗਾ ਕੀ ਹੋ ਗਿਆ ਅਗਰ ਉਹਨਾਂ ਨੇ ਕਿਹਾ ਵਾਲ ਕਟਾ ਫੇਰ ਅਸੀਂ ਮਤਲਬ ਰਿਸ਼ਤਾ ਕਰਨਾ ਰਿਸ਼ਤਾ ਵਾਲਾ ਨਾ ਕਰਨਾ ਹੈ ਮੇਰੇ ਨਾਲ ਕਰਨਾ ਹੈ ਲੱਗਦਾ ਵਾਲਾ ਨਹੀਂ ਕਰਨਾ ਜਿੰਨੇ ਕ ਵਾਲ ਆ ਮੇਰੇ ਆਪਣੇ ਵਾਲ ਨੇ ਰਿਸ਼ਤਾ ਮੇਰੇ ਨਾਲ ਹੋਣਾ ਹੈ ਵਾਲਾ ਨਾਲ ਥੋੜੀ ਹੋਣਾ ਹੈ ਤੂੰ ਨਹੀਂ ਨਜ਼ਰ ਆਂਦਾ ਵੀ ਕਟਾ ਲੈ ਥੋੜੇ ਕ ਝਾਟੇ ਅੱਜ ਕੱਲ ਕੁੜੀਆਂ ਵਾਲਾਂ ਦੇ ਘੱਟ ਸਿਹਤ ਬਹੁਤਾ ਮਰਦੀਆਂ ਨੇ ਜਾਂ ਪੈਸੇ ਦੇ ਜਿਹਦੇ ਕੋ ਜ਼ਿਆਦਾ ਪੈਸਾ ਹੋਵੇ ਨਾ ਉਹਨੂੰ ਜ਼ਿਆਦਾ ਪ੍ਰੋਟੋਕੋਲ ਦੇ ਦੇ ਖਾ ਗਈ ਨਾ ਅਜੇ ਤੈਨੂੰ ਉਹੀ ਦੁੱਖ ਰਿਹਾ ਮੈਂ ਦੱਸ ਕੀ ਕਰੇਗਾ ਫਿਰ ਵਿਆਹ ਨਹੀਂ ਕਰਾਏਗਾ ਇਹ ਝਾਟੇ ਕਟਾਏਗਾ ਹਾਂ ਕਰਾਂਗੇ ਵਾਲ ਬਣ ਕੇ ਚਲੇ ਜਾਾਂਗੇ ਮੈਂ ਤੇ ਗਰਮੀਆਂ ਜਦੋਂ ਗਰਮੀਆਂ ਖਤਮ ਹੋ ਰਹੀਆਂ ਮੈਂ ਫੋਰਨ ਕਰ ਰੋਲਾ ਪਾ ਦੇਣਾ ਜਾਂ ਮੇਰਾ ਵਿਆਹ ਕਰੋ ਜਾਂ ਮੈਨੂੰ ਘਰੋਂ ਕੱਢ ਦਿਓ ਨਹੀਂ ਨਹੀਂ मुंडे शरीफ ज्यादा ने ना डर घर करते नहीं है कुड़ियां नाल लै जाने ਇਸ ਵਾਸਤੇ ਛਾਟੇ ਤੁਸੀਂ ਵਧਾਏ ਘਰ ਵਾਲੇ ਕੁਛ ਨਹੀਂ ਕਹਿੰਦੇ ਕੱਲੇ ਸ਼ੇਰ ਕੱਲੇ ਨੂੰ ਵਕਤ ਪਾਇਆ ਸ਼ਰੀਕਾਂ ਨੂੰ ਵੀ ਸਾਰੇ ਮਹੱਲੇਦਾਰਾਂ ਜਿੰਨੇ ਵੀ ਸਾਰੇ ਮੇਰੇ ਤੋਂ ਤੰਗ ਆ ਇਹ ਮਾਵਾਂ ਤੇ ਬਹੁਤ ਟੋਕਦੀਆਂ ਰੋਕਦੀਆਂ ਵੇ ਮੰਨਤਾਣਾ ਮੁੰਡਾ ਮੰਗਿਆ ਤੇ ਕੁੜੀਆਂ ਵਾਂਗੂ ਹੋ ਗਿਆ ਲਾਈਕ ਇੰਜ ਅੰਮਾ ਕੋਈ ਤਾਨੇ ਨਹੀਂ ਦਿੰਦੀ ਨਹੀਂ ਇਸ ਮਹਿਮਲ ਪਿੱਛੇ ਹੁੰਦਾ ਹੈ ਮੁੰਡਾ ਹੀ ਇਹ ਤੇ ਬੜੀ ਖੁਸ਼ ਹੁੰਦੀ ਹੈ ਉਹ ਕਹਿੰਦੀ ਮੁੰਡੇ ਦਾ ਮੁੰਡਾ ਕੁੜੀ ਦੀ ਕੁੜੀ ਵਾਲ ਵੀ ਰੱਖੇ ਤੇ ਮੁੰਡਾ ਵੀ ਹੈਗਾ ਬਾਬੀ ਤੇ ਬੜੀ ਖੁਸ਼ ਹੁੰਦੀ ਹੈ ਵਾਲ ਹੀ ਰੱਖੇ ਨੇ ਉਹ ਮੈਂ ਪਿੱਛੋਂ ਵੇਖ ਕੇ ਮੈਨੂੰ ਕਹਿੰਦੀ ਹਾਏ ਅੱਲਾ ਮੇਰੀ ਧੀ ਜੀਵੇ ਅੱਗੋਂ ਵੇਖ ਕਹਿੰਦੀ ਹਾਏ ਮੇਰਾ ਸ਼ਹਿਜ਼ਾਦਾ ਜੀਵੇ ਮੈਂ ਬੜਾ ਖੁਸ਼ ਹੁੰਦੇ ਨੇ 2 in 1 ਇਹ ਤੂੰ ਤੇ 1 ਨਹੀਂ ਹੋ ਜਵੇ ਬੜੀ ਗੱਲ ਆ 1 ਹੀ ਆ ਜਿੰਨੀ ਕਿ ਤੇਰੀ ਸਿਹਤ ਆ ਮਰੇ ਮੈਡਮ ਹੁਣ ਸ਼ੇਰ ਵਾਲੇ ਪਾਸੇ ਆਈਏ ਚਲੋ ਸ਼ੇਰ ਸੁਣਾਓ ਤੁਸੀਂ ਪਹਿਲੇ ਪੁੱਛਦੇ ਮੈਂ ਤੁਹਾਨੂੰ ਪਹਿਲੇ ਹੀ ਕਹਿ ਦਿੰਦਾ ਸ਼ੇਰ ਹੈ ਜੀ ਸ਼ੇਰ ਸੁਣੋ ਜ਼ਰਾ ਜਿਸ ਦਿਨ ਸੇ ਕੀ ਹੈ ਸ਼ਿਕਾਰੀ ਨੇ ਅਦਾ ਕੀ ਕੋ ਮਿੰਨਤ ਉਸ ਦਿਨ ਸੇ ਦਰਬਾਰ ਸੇ ਕਬੂਤਰ ਨਹੀਂ ਜਾਤੇ ਔਰ ਤੁਮ ਮੁਝੇ ਯੂ ਹੈਰਾ ਜ਼ਾਦਾ ਆਖੋ ਸੇ ਨਾ ਦੇਖੋ ਕੁਛ ਸੰਭਲ ਜਾਤੇ ਹੈ ਸਭ ਮਰ ਨਹੀਂ ਜਾਤੇ ਆਂਡੇ ਕਰਵਾਂਡੇ ਇੱਕ ਹੋਰ ਬਿਜ਼ਨਸ ਚੰਗਾ ਚੱਲੇਗਾ ਲੜਕੀਆਂ ਦੀ ਨਜ਼ਰ ਸ਼ੇਰੇ ਜਿਹੜੇ ਅੱਜ ਕੱਲ ਝੂਠਾ ਇਸ਼ਕ ਕਰਦੀਆਂ ਨੇ ਕਿ ਲੜਕੀ ਨਜ਼ਰ ਸ਼ੇਰੇ ਕਿ ਇਸ਼ਕ ਨਾ ਪੁੱਛੇ ਪਿਆਰ ਨਾ ਜ਼ਾਤਾ ਇਸ਼ਕ ਨਾ ਪੁੱਛੇ ਪਿਆਰ ਨਾ ਜ਼ਾਤਾ ਬਾਬਾ ਜੀ ਤੰਬੂ ਕਨਾਤਾ ਤੰਬੂ ਕਨਾਤਾ ਹੋਰ ਮੈਡਮ ਤੁਸੀਂ ਸਾਨੂੰ ਕੀ ਕਹਿਣਾ ਚਾਹੋਗੇ ਵਾਰ ਰੱਖੀਏ ਜਾਂ ਕਟਾ ਦਈਏ ਮੈਂ ਨਾ ਸੌਣ ਦਾ ਮਹੀਨਾ ਕੱਢ ਲਈਏ
ਸਾਨੂੰ ਵਾਲ ਰੱਖਣੇ ਚਾਹੀਦੇ ਨੇ ਜਾਂ ਨਹੀਂ? ਤੁਹਾਡੀ ਮਿਹਰਬਾਨੀ ਆ, ਲੋ ਕਟਾ ਲਓ। ਤੁਸੀਂ ਤਾਂ ਕਹਿ ਰਹੇ ਹੋ ਕਿ ਤੁਹਾਡੇ ਚੰਗੇ ਨਹੀਂ ਨੇ। ਮੈਂ ਕਹਿੰਦੇ ਨਿੱਕੇ ਨਿੱਕੇ ਕਰਾ ਕੇ ਵੇਖੇ ਨੇ, ਜਿਹੜੇ ਵੀ ਬੰਦੇ ਮੈਨੂੰ ਸਲਾਮ ਤਾਂ ਲੈਂਦੇ ਨਾ, ਕਹਿੰਦੇ ਆ ਚੱਲ ਜਾ ਪਰਾ ਕੰਮ ਕਰ ਜਾ ਕੇ। ਚੰਗੇ ਲੱਗਦੇ ਨਿੱਕੇ ਬਾਲਾ ਚ? ਨਹੀਂ ਕੋਈ ਨਹੀਂ ਮੈਡਮ, ਨਿੱਕੇ ਬਾਲਾ ਚ ਵੀ ਨਹੀਂ ਲੱਗਦੇ ਚੰਗੇ, ਤੁਹਾਨੂੰ ਵਹਿਮ ਆ। ਚਲੋ ਅਗਲੀ ਨੈਕਸਟ ਟਾਈਮ ਨਾ, ਮੈਂ ਅਗਰ ਤੁਹਾਨੂੰ ਚੰਗੇ ਨਹੀਂ ਨਾ ਲੱਗਦੇ ਆ, ਨੈਕਸਟ ਟਾਈਮ ਜਦੋਂ ਮੈਂ ਆਵਾਂਗਾ ਇੰਟਰਵਿਊ ਦੇਣ ਪੌਣੀ ਪਾ ਕੇ ਆਵਾਂਗਾ, ਠੀਕ ਹੈ? ਸਮਾਰਟ ਕਰਕੇ ਦਾ ਠੀਕ ਹੋ ਗਿਆ, ਇਹਦੀਆਂ ਵੀ ਦੋ ਗੁੱਤਾ ਕਰਕੇ ਲਿਆਈਓ। ਇਹਦੇ ਵਾਸਤੇ ਮੈਡਮ ਦਰਜਨ ਚਾਹੀਦੀ ਪੌਣੀਆਂ ਦੀ, ਇੱਕ ਨਹੀਂ ਮਾਸ਼ਾਅੱਲਾ ਲੰਮੇ ਵਾਲ ਵੇਖੋ ਨਾ, ਮੇਰੇ ਵਾਲ ਨਾ ਇਹਨੂੰ ਦਰਜਨ ਚਾਹੀਦੀਆਂ ਨੇ। ਬੜੀ ਬੇਇੱਜ਼ਤੀ ਕੀਤੀ ਵਾਲਾਂ ਦੀ ਵਜ੍ਹਾ ਤੋਂ। ਅੱਜ ਤੁਸੀਂ ਮੈਨੂੰ ਕੈਮਰੇ ਦੇ ਸਾਹਮਣੇ ਸਹੀ ਦੱਸ ਦਿਓ ਕਿ ਮੇਰੇ ਵਾਲ ਸੋਹਣੇ ਨੇ ਜਾਂ ਨਹੀਂ। ਸਦਕੇ ਮੇਰਾ ਭਰਾ ਵੀ ਸੋਹਣਾ, ਇਹਦੇ ਵਾਲ ਵੀ ਸੋਹਣੇ, ਉਹ ਜੇ ਜੱਜ ਦਾ ਜਮਾ ਨਹੀਂ ਅਲੱਗ ਗੱਲ ਆ, ਲੇਕਿਨ ਇਹ ਵਾਲ ਸੋਹਣੇ ਆ। ਮੈਂ ਤੁਹਾਨੂੰ ਕਹਿਣਾ ਸੀ ਅਗਲੇ ਸਾਲ ਇਨਸ਼ਾਅੱਲਾ ਜਾਂ ਮੇਰੇ ਨਾਲ ਮੇਰੀ ਬੇਗਮ ਆਏਗੀ ਜਾਂ ਫਿਰ ਗੁਆਂਢੀ ਦੇ ਬੱਚੇ ਨਾਲ ਲੈ ਕੇ ਆਵਾਂਗਾ ਕੱਲ੍ਹ ਮੁਤਮਿਨ ਕਰਨ ਵਾਸਤੇ। ਮੈਨੂੰ ਮੁਤਮਿਨ ਕਰਨਾ? ਚਲੋ ਚੰਗੀ ਗੱਲ ਆ ਜੀ। ਸ਼ੇਰ ਆਉਂਦਾ? ਸ਼ੇਰ ਮੈਂ ਵੇਖ ਕੇ ਵੈਸੇ ਡਰ ਜਾਂਦਾ, ਉੱਤੋਂ ਸ਼ੇਰ ਕਿੱਥੋਂ ਆਉਂਦਾ ਮੈਨੂੰ? ਲੂੰਬੜੀ ਨੂੰ ਤੇ ਡਰ ਲੱਗਣਾ ਹੀ ਆ ਸ਼ੇਰ ਤੋਂ। ਹੋਰ ਤੁਸੀਂ ਸੁਣਾਓ, ਤੇ ਵੀ ਠੀਕ ਹੈ ਤੁਹਾਡੀ? ਹੁਣ ਤੁਸੀਂ ਸੁਣਾਓ। ਬਹੁਤ ਸ਼ੁਕਰੀਆ ਜੀ ਵਧੀਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਮਾਲ 'ਚ? ਮੈਂ ਇੰਟਰਵਿਊ ਦੇਣ ਆਈ ਹਾਂ ਆਪਕੋ। ਮੈਂ ਆਪਕਾ ਬਹੁਤ ਜ਼ਿਆਦਾ ਆਪਕੋ ਮੈਂ ਲਾਈਕ ਕਰਤੀ ਹੂੰ, ਆਪਕੇ ਟਿਕਟੋਕ ਪਰ ਵੀਡੀਓਜ਼ ਆਤੀ ਹੈ ਤੋ ਮੈਂ ਦੇਖਤੀ ਹੂੰ, ਬਹੁਤ ਅੱਛਾ ਲੱਗਤਾ ਹੈ। ਬਹੁਤ ਸ਼ੁਕਰੀਆ। ਇੰਨੇ ਬੜੇ ਨਿਆਣੇ ਕੀ ਰਹੇ ਆ? ਇਹ ਦੋਨੋਂ ਮੇਰੀ ਮਾਮੂ ਕੇ ਬੇਟੇ ਆ ਔਰ ਇਹ ਮੇਰੀ ਖਾਲਾ ਕਾ ਬੇਟਾ ਹੈ। ਇੰਨਾ ਖਿਲਾਰਾ ਬੋਲ ਚ ਤੁਸੀਂ ਆਪਣਾ ਹੀ ਖਿਲਾਰਾ ਪਾਇਆ। ਵੋ ਇਹ ਸਭ ਇਨਕੀ ਵੋ ਐਨਕ ਵਲੀ ਇਨਕੀ ਮਾਮਾ ਜੋ। ਅੱਛਾ, ਇੰਨੇ ਬੜੇ ਨਿਆਣੇ ਇਸਮਾਲ ਕੌਣ ਰਿਹਾ ਇਸ ਟਾਈਮ? ਇਹ ਵੋ ਦੋਨੋਂ ਦੋਨੋਂ ਸੰਭਾਲ ਰਹੇ ਹੋ? ਖਾਣੀ ਹੁੰਦਾ ਨਹੀਂ? ਖਾਧਾ ਪੀਤਾ ਕੀ ਆ ਭੈਣੇ? ਮੈਂ ਸਵੀਟ ਕੋਰਨਸ ਖਾਈਆਂ ਹੋਰ ਵੀ ਖਾਇਆ। ਕਿੰਨੇ ਕੁ ਕਿਲੋ ਖਾਧੇ? 1 ਕੱਪ। ਇੱਕ ਕੱਪ ਨਾਲ ਕਿੱਥੇ ਗੁਜ਼ਾਰਾ ਹੁੰਦਾ ਵਾ? ਖਾਇਆ ਕੱਪ। ਅੱਛਾ, ਉਹ ਵੀ ਵੰਡ ਦੇ? ਨਹੀਂ ਨਹੀਂ, ਇੱਕ ਇੱਕ ਪੂਰਾ ਪੂਰਾ। ਅੱਛਾ, ਇੱਕ ਇੱਕ ਪੂਰਾ ਪੂਰਾ। ਕਰਦੇ ਕੀ? ਪੜ੍ਹਦੇ ਹੋ? ਪੜ੍ਹਦੇ ਹੋ ਜੀ? ਕੀ ਬਣਨਾ ਚਾਹੁੰਦੇ ਹੋ? ਬਣਨਾ ਕੀ ਚਾਹੁੰਦੇ ਹੋ? ਡਾਕਟਰ। ਕੀ ਰਿਆਲੀ? ਹਾਰਟ ਕੀ? ਹਾਰਟ ਦੀ ਡਾਕਟਰ। ਅੱਛਾ, ਕੋਈ ਸ਼ੇਰ ਆਂਦਾ ਤੁਹਾਨੂੰ? ਇਲਾਮਾ ਇਕਬਾਲ ਕਾ ਤਾ ਤੇਰੇ ਆਜ਼ਾਦ ਬੰਦੋਂ ਕੀ ਨਾ ਯੇ ਦੁਨੀਆ ਨਾ ਵੋ ਦੁਨੀਆ, ਤੇਰੇ ਆਜ਼ਾਦ ਬੰਦੋਂ ਕੀ ਨਾ ਯੇ ਦੁਨੀਆ ਨਾ ਵੋ ਦੁਨੀਆ, ਯਹਾਂ ਮਰਨੇ ਕੀ ਪਾਬੰਦੀ ਵਹਾਂ ਜੀਨੇ ਕੀ ਪਾਬੰਦੀ। ਅਰੇ ਵਾਹ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਇਆ? ਬਸ ਘੁੰਮਣ ਫਿਰਨ। ਇੰਨੀ ਗਰਮੀ 'ਚ ਕਿਹਦੀ ਆਖਰ ਆਈ ਹੋਈ ਸੀ? ਹਾਂਜੀ, ਇੰਨੀ ਗਰਮੀ 'ਚ ਕਿਹਦੀ ਆਖਰ ਆਈ ਹੋਈ ਆ ਕਿ ਘੁੰਮਣ ਫਿਰਨ ਆ ਜਾਂਦੇ? ਬਸ ਵੈਸੇ ਹੀ ਦੋਸਤਾਂ ਦੇ ਨਾਲ ਆਏ ਸੀ, ਇੰਜੋਏ ਕਰਦੇ ਕਰਦੇ। ਇੰਜੋਏ ਕੀ ਇੰਜੋਏ ਕੀਤਾ? ਬਸ ਇਦਾਂ ਹੀ ਮਾਹੌਲ ਦੇਖ ਰਹੇ ਆ, ਵੇਖੋ ਹੁਣ ਕੀ ਇੰਜੋਏ ਹੁੰਦਾ। ਇਹ ਤਾਂ ਐਂਡ ਤੇ ਰਿਜ਼ਲਟ ਨਿਕਲੇਗਾ ਨਾ ਕੀ ਇੰਜੋਏ ਕਰਦੇ। ਅੱਛਾ, ਇਹ ਐਂਡ ਤੇ ਰਿਜ਼ਲਟ ਨਿਕਲੇਗਾ ਜ਼ਿੰਦਗੀ ਦੇ ਐਂਡ ਤੇ? ਨਹੀਂ ਜੀ, ਇਹ ਮਾਹੌਲ ਤੋਂ ਬਾਹਰ ਨਿਕਲਣਾ ਤੇ ਰਿਜ਼ਲਟ ਨਿਕਲਣਾ। ਅੱਛਾ, ਰਿਜ਼ਲਟ ਕਿੰਜ ਨਿਕਲੇਗਾ? ਜੋ ਕਿੱਦਾਂ ਫਿਰਿਆ, ਕਿੱਦਾਂ ਦੇ ਚੀਜ਼ਾਂ ਵੇਖੀਆਂ, ਇਦਾਂ ਦਾ ਫਿਰ ਰਿਜ਼ਲਟ ਨਿਕਲ ਆਇਆ। ਕਰਦੇ ਕੀ ਹੋ? ਮੈਂ ਜੀ ਪੜ੍ਹਦਾ। ਬੰਨਾ ਕੀ ਚਾਹੁੰਦੇ ਹੋ? ਮੈਂ ਇੰਜੀਨੀਅਰਿੰਗ ਕਰ ਰਿਹਾ, ਵੈਲਡਿੰਗ ਇੰਜੀਨੀਅਰਿੰਗ। ਲੋਹਰ ਦੀ ਜੰਪਲ ਫੈਸਲਾਬਾਦ? ਯਾਰ ਮੇਰੇ ਹੀ ਸ਼ਹਿਰ ਦਾ ਪਿੰਡ ਨਾ ਕਹਿ, ਸ਼ਹਿਰ ਕਹਿ, ਸ਼ਹਿਰ ਸ਼ਹਿਰ ਦਾ ਜੀ, ਸ਼ਹਿਰ ਦਾ। ਮੇਰੇ ਹੀ ਸ਼ਹਿਰ ਦਾ ਨਿਆਣਾ ਤੇ ਐਡਾ ਮਾਸੂਮ ਹੋ ਨਹੀਂ ਸਕਦਾ। ਨਹੀਂ ਜੀ, ਬਹੁਤ ਮਾਸੂਮ ਹੈਗੇ ਆ। ਦੇਖ ਲਿਆ ਜਿੱਡਾ ਕਿ ਮਾਸੂਮੀਅਤ ਹੈ।